ਇਹ ਤਸਵੀਰਾਂ ਹਲਕਾ ਸ਼ਾਹਕੋਟ ਦੀਆਂ ਨੇ ਜਿੱਥੇ ਸ਼ਾਹਕੋਟ ਮੋਗਾ ਦੇ ਹਾਈਵੇ ਤੇ ਬੀਤੀ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ ਇੱਕ ਤੇਜ਼ ਰਫ਼ਤਾਰ ਦੇ ਵਿੱਚ ਆਉਂਦੇ ਹੋਏ ਕੈਂਟਰ ਨੇ ਟਰੈਕਟਰ ਟਰਾਲੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਪਰਾਲੀ ਨਾਲ ਲੱਦੀ ਹੋਈ ਟਰਾਲੀ ਦਾ ਬੈਲੈਂਸ ਵਿਗੜ ਗਿਆ, ਜਿਸ ਤੋਂ ਬਾਅਦ ਕਾਫੀ ਨੁਕਸਾਨ ਵੀ ਹੋਇਆ। ਜਿੱਥੇ ਮਾਲੀ ਨੁਕਸਾਨ ਹੋਇਆ ਉੱਥੇ ਹੀ ਹਾਦਸੇ ਦੌਰਾਨ ਇੱਕ ਦੀ ਮੌਤ ਹੋ ਗਈ, ਜਦਕਿ ਦੋ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ, ਜਿਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਮ੍ਰਿਤਕ ਦੀ ਪਹਿਚਾਣ ਕਰਮਵੀਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਕੰਗਣੀ ਵਾਲਾ ਸ਼ਾਹਕੋਟ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ। ਕੀ ਨਾਂ ਜੀ ਤੁਹਾਡਾ? ਹਾਂਜੀ, ਕੀ ਗੱਲਬਾਤ ਹੋਈ ਜੀ, ਤੁਸੀਂ ਕਿੱਥੋਂ ਆ ਰਹੇ ਸੀ ਜੀ? ਟਰਾਲੀ ਉਸਤਾਦ ਢਾਬੇ ਦੇ ਕੋਲ ਲੱਗੀ ਰੋਟੀ ਖਾਣੀ ਸੀ ਅਤੇ ਰੋਟੀ ਖਾਣ ਲਈ ਰੁਕੇ ਸੀਗੇ। ਉਸ ਤੋਂ ਬਾਅਦ ਉੱਥੋਂ ਮਾੜੇ ਪੱਥਰ ਜਿਹੇ ਦੇ ਉੱਤੇ ਚੜ੍ਹੀ ਟਰਾਲੀ ਇੱਦਾਂ ਪਲਟ ਗਏ, ਰੋਡ ਖਾਲੀ ਸੀਗਾ, ਬਿਲਕੁਲ ਚੱਲਦਾ ਪਿਆ ਸੀ। ਅਸੀਂ ਟਰਾਲੀ ਮੰਗਾਈ ਆ, ਬੰਦੇ ਸਾਰੇ ਲੱਦਣ ਡਏ ਆ, ਲਾਈਟਾਂ ਚੱਲਣ ਡੀਆਂ, ਪਾਰਕ ਚੱਲਣ ਡਿਆ, ਸਾਰਾ ਕੁਛ ਰਸ਼ ਹੁੰਦਾ। ਇਹ ਵੀ ਮੁੰਡਾ ਪੜ੍ਹਾ ਰਿਹਾ ਸੀ, ਰੋਡ ਸਾਰਾ ਟਰੈਫਿਕ ਚਾਲੂ ਸੀਗਾ ਪੂਰਾ, ਕਿਸੇ ਨੂੰ ਕੁਛ ਨਹੀਂ ਪਤਾ ਕੀ ਹੋਇਆ ਕੀ ਨਹੀਂ। ਬਸ ਉਹ ਕੈਂਟਰ ਵਾਲੇ ਨੇ ਦਰਦ ਕੀਤੀ ਸੀ, ਉਹਨੇ ਆ ਲਿਆ ਕੇ ਮਾਰੀ। ਕਿੰਨੇ ਜਾਣੇ ਸੀ ਤੁਸੀਂ ਜੀ? ਛੇ ਸੱਤ ਜਾਣੇ। ਸੱਤ ਕਿਉਂ ਸੀਗੇ? ਆ ਸੱਤ ਛੇ ਸੱਤ ਜਾਣੇ ਸੀ। ਅੱਛਾ ਜੀ, ਅਤੇ ਡੈਥ ਕਿਹਦੀ ਹੋਈ ਹੈ ਜੀ? ਮੇਰੇ ਬੇਟੇ ਦੀ। ਕਿੰਨੀ ਕੁ ਉਮਰ ਸੀ ਜੀ ਉਹਦੀ? 24 ਸਾਲ। ਅਤੇ ਮੌਕੇ 'ਤੇ ਪੁਲਿਸ ਪਹੁੰਚ ਗਈ ਸੀ ਜੀ? ਹਾਂ, ਮੌਕੇ 'ਤੇ ਪੁਲਿਸ ਆ ਗਈ, ਉਹਨੇ ਮੈਂ ਆ ਗਿਆ ਸੀ। ਠੀਕ ਹੈ। ਹਾਂਜੀ ਡਾਕਟਰ ਸਾਹਿਬ, ਇੱਕ ਐਕਸੀਡੈਂਟ ਕੇਸ ਹੈ, ਕੀ ਮਾਮਲਾ ਸੀ ਜੀ? ਜੀ, ਮੇਰਾ ਨਾਮ ਡਾਕਟਰ ਮਨਜੀਤ ਸਿੰਘ ਜੀ, ਸਿਵ ਮੈਡੀਕਲ ਆਫਿਸਰ, ਸਿਵਲ ਹੋਸਪਿਟਲ ਸ਼ਾਹਕੋਟ। ਇਹ ਸਰ ਆਪਣੇ ਕੋਲ 9:20 ਅਤੇ 9:15 ਵਜੇ ਅਰਾਊਂਡ 108 ਲੈ ਕੇ ਆਈ ਹੈ, 3 ਪੇਸ਼ੈਂਟ ਐਕਸੀਡੈਂਟ ਕੇਸ ਹੈ। ਇੱਥੇ ਦੱਸ ਰਹੇ ਹੈ PB67 ਢਾਬੇ ਦੇ ਕੋਲ ਪੂਨੀਆ ਫਲਾਈਓਵਰ 'ਤੇ, ਮੋਗਾ ਰੋਡ 'ਤੇ, ਉੱਥੇ ਐਕਸੀਡੈਂਟ ਹੋਇਆ ਇਹਨਾਂ ਦਾ। ਔਰ ਕੋਈ ਕਹਿ ਰਿਹਾ ਵੀ ਟਰੱਕ ਵਾਲਾ ਹਿੱਟ ਕੀਤਾ, ਜਿੱਦਾਂ ਦੱਸਿਆ ਇੱਕ ਪੇਸ਼ੈਂਟ ਐਕਸਪਾਇਰਡ ਹੈ, ਬਰੋਡ ਡੈਡ ਹੈ। ਮਤਲਬ ਕੀ ਨਾਮ ਹੈਗਾ ਜੀ? ਉਹਦਾ ਕਰਨਵੀਰ ਹੈ, ਉਹਦੇ ਫਾਦਰ ਸਾਹਿਬ ਨੇ ਜੋ ਲਿਖਵਾਇਆ, ਕਰਨਵੀਰ ਸਿੰਘ ਹੈ, ਕੰਗਣੀਵਾਲ ਹੈ ਪਿੰਡ ਉਹਨਾਂ ਦਾ, ਉਹ ਬਰੋਡ ਡੈਡ ਹੈ। ਔਰ ਦੋ ਹੈਗੇ ਬਿਹਾਰ ਦੇ ਲੜਕੇ, ਇੱਥੇ ਰਹਿੰਦੇ, ਉਹਨਾਂ ਨੇ ਜੋ ਐਡਰੈਸ ਲਿਖਾਇਆ ਕਮਲ ਹੋਸਪਿਟਲ ਦੇ ਕੋਲ ਹੀ ਹੈ। ਔਰ ਇੱਕ ਬਦਰੀਨਾਥ ਹੈ, ਇੱਕ ਨਿਰਮਲ ਕੁਮਾਰ ਹੈ, ਬਦਰੀਨਾਥ 'ਤੇ ਰੈਫਰ ਕਰ ਰਹੇ, ਉਹਨੂੰ ਕਾਫੀ ਸੱਟਾਂ ਲੱਗੀਆਂ ਉਹਦੇ ਵੀ, ਸਟਿਚਸ ਵਗੈਰਾ ਕਰਕੇ, ਔਰ ਉਹਦੀ ਸਕੈਨਿੰਗ ਲਈ ਔਰ ਸਰਜੀਕਲ ਸਪੈਸ਼ਲਿਸਟ ਓਪੀਨੀਅਨ ਲਈ ਉਹਨੂੰ ਫਿਰ ਰੈਫਰ ਕਰ ਰਹੇ ਹਾਂ ਜਲੰਧਰ। ਠੀਕ ਹੈ। ਅਤੇ ਸਰ ਡੈਡ ਬੋਡੀ? ਡੈਡ ਬੋਡੀ ਸਰ ਆਪਾਂ ਫਿਰ ਹੁਣ ਪੁਲਿਸ ਨੂੰ ਇੰਟੀਮੇਸ਼ਨ ਦਿੱਤੀ ਹੈ, ਉਹਨਾਂ ਨੂੰ ਹੈਂਡ ਓਵਰ ਕਰਾਂਗੇ। ਹਾਂਜੀ, ਠੀਕ ਜੀ। ਜ਼ਿਕਰਯੋਗ ਹੈ ਕਿ ਕੈਂਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਅਤੇ ਮ੍ਰਿਤਕ ਦੇ ਪਿਤਾ ਸੁਖਦੇਵ ਸਿੰਘ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਘਟਨਾ ਸਥਾਨ 'ਤੇ ਪਹੁੰਚ ਕੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕੈਂਟਰ ਨੂੰ ਕਬਜ਼ੇ ਵਿੱਚ ਲੈ ਕੇ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ। ਹਕੀਕੀ ਟੀਵੀ ਪੰਜਾਬੀ ਲਈ ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ।